ਦੂਰਦਰਸ਼ਨ ਬਾਜੰਗ ਸਭਾ ਵੱਲੋਂ ਰਾਮਨੌਮੀ ਦੇ ਉਪਲੱਖ 'ਚ ਅੱਜ 23ਵੀਂ ਸਾਡੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ। ਖਾਸ ਜਿਹੜੀ ਬੈਂਡ ਟੀਮ ਕਿੱਥੋਂ ਆਈ ਹੈ? ਇਹ ਜੀ ਅਸੀਂ ਜਿਹੜੀ ਟੀਮ ਹੈ ਸੂਰਤ ਤੋਂ ਮੰਗਾਈ ਹੈ। ਕਿਹੜੇ ਕਿਹੜੇ ਸੁਭੜੀ ਜਿਹੜੇ ਕੀ ਉਹ ਇਸ ਇਹਦੇ ਜੀ ਪ੍ਰਭੂ ਸ਼੍ਰੀ ਰਾਮ ਜੀ ਦਾ, ਮਾਤਾ ਰਾਣੀ ਦਾ, ਬਾਲਾ ਜੀ ਦਾ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦਾ, ਸਾਲਾਸਰ ਜੀ ਦਾ ਤੇ ਸ਼ਨੀ ਦੇਵ ਮਹਾਰਾਜ ਜੀ ਦਾ ਸਰੂਪ ਜਿਹੜਾ ਬਣਾਇਆ। ਕਿੱਥੋਂ ਸ਼ੁਰੂਆਤ ਹੋਈ ਹੈ ਤੇ ਕਿੱਥੇ ਕਿੱਥੇ ਜਾਣਾ ਹੈ? ਇਹ ਜਿਹੜੀ ਸ਼ੋਭਾ ਯਾਤਰਾ ਸਾਡੀ ਮੰਦਿਰ ਸ਼੍ਰੀ ਗੋਡ ਜੀ ਤੋਂ ਕਟਰਾ ਦੁੱਲੋ ਤੋਂ ਸ਼ੁਰੂ ਹੋ ਕੇ ਕਟਰਾ ਭਾਈ ਸੰਤ ਸਿੰਘ, ਟੁੰਡਾ ਤਲਾ, ਗੁਰੂ ਬਾਜ਼ਾਰ, ਸ਼ਾਸਤਰੀ ਮਾਰਕੀਟ, ਕਟਰਾ ਆਲੂਵਾਲੀਆ, ਗਲਿਆਰਾ, ਪਾਪੜਾਲਾ ਬਾਜ਼ਾਰ, ਮਿਸ਼ਰੀ ਬਾਜ਼ਾਰ, ਮਜੀਠ ਮੰਡੀ, ਟੁੰਡਾ ਤਲਾ ਤੋਂ ਹੋ ਕੇ ਲੋਹਗੜ੍ਹ, ਲੋਹਗੜ੍ਹ ਤੋਂ ਦੁਬਾਰਾ ਮੰਦਿਰ ਗੋਡ ਜੀ ਜਾ ਕੇ ਸੰਪੰਨ ਹੁੰਦੇ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਪ੍ਰਭੂ ਸ਼੍ਰੀ ਰਾਮ ਦੇ ਲੜ ਲੱਗੇ ਹੋਏ ਹਾਂ, ਸਾਨੂੰ ਵੇਖ ਕੇ ਜਿਹੜੇ ਹੋਰ ਵੀ ਜਿਹੜੇ ਸਾਡੇ ਯੁਵਾ ਹੈਗੇ ਉਹ ਵੀ ਲੱਗਣ, ਨਸ਼ਿਆਂ ਤੋਂ ਦੂਰ ਰਹਿਣ। ਮੈਂ ਸਭ ਤੋਂ ਪਹਿਲਾਂ ਵਧਾਈ ਦੇਵਾਂਗਾ ਸ਼੍ਰੀ ਕ੍ਰਿਸ਼ਨ ਬਾਲ ਜੰਗ ਸਭਾ ਦੇ ਹਰ ਸਦੱਸਿਆਂ ਨੂੰ, ਹਰ ਮੈਂਬਰ ਨੂੰ, ਜਿਹੜੇ ਆਪਣੇ ਕਮਾਈ ਦਾ ਦਸਵੰਧ ਕੱਢ ਕੇ ਅੱਜ ਸਮਾਜ ਦੇ ਵਿੱਚ ਇੱਕ ਬਹੁਤ ਅੱਛਾ ਉਪਰਾਲਾ ਕਰ ਰਹੇ ਨੇ ਔਰ ਜਿੱਥੇ ਸਾਡੇ ਧਾਰਮਿਕ ਭਾਵਨਾਵਾਂ ਦੇ ਨਾਲ ਯੂਥ ਨੂੰ ਜੋੜ ਰਹੇ ਨੇ, ਉੱਥੇ ਮੈਂ ਮਹਿਸੂਸ ਕਰਦਾ ਵੀ ਨਸ਼ੇ ਤੋਂ ਵੀ ਦੂਰ ਰਹਿਣ ਦੇ ਲਈ ਬੜੀ ਵੱਡੀ ਪ੍ਰੇਰਨਾ। ਔਰ ਸ਼੍ਰੀ ਕ੍ਰਿਸ਼ਨ ਬਾਲ ਜੰਗ ਸਭਾ ਕਾਫੀ ਲੰਬੇ ਸਮੇਂ ਤੋਂ, ਤਕਰੀਬਨ 23 ਸਾਲ ਤੋਂ, ਔਰ ਜਦੋਂ ਇਹ ਯਾਤਰਾ ਕੱਢਣੀ ਚਾਲੂ ਕੀਤੀ ਸੀ ਬੜੀ ਸੰਘਰਸ਼ਪੂਰਨ ਇਹਨਾਂ ਦੀ ਯਾਤਰਾ ਸੀ ਕਿਉਂਕਿ ਕਦੀ ਪਰਮਿਸ਼ਨ ਨਹੀਂ ਸੀ ਮਿਲਦੀ, ਕਦੀ ਸਾਡੇ ਕੋਲ ਫੰਡ ਨਹੀਂ ਸੀ ਹੁੰਦਾ। ਹੁਣ ਭਗਵਾਨ ਰਾਮ ਜੀ ਨੇ ਬੜੀ ਕਿਰਪਾ ਕੀਤੀ ਹੈ ਔਰ ਮੈਂ ਇਹਨਾਂ ਦੀ ਸ਼੍ਰੀ ਕ੍ਰਿਸ਼ਨ ਬਾਲ ਜੰਗ ਸਭਾ ਦਾ ਮੈਂ ਸੇਵਕ ਹਾਂ, ਇੱਕ ਮੈਂਬਰ ਹਾਂ ਛੋਟਾ ਜਿਹਾ। ਮਨੀਸ਼ ਜੀ, ਪੰਕਜ ਜੀ, ਲਵ ਜੀ, ਹਿਮਾਂਸ਼ੂ ਜੀ, ਜਿੰਨੇ ਵੀ ਇਹਨਾਂ ਦੇ ਪਦਾਧਿਕਾਰੀ ਨੇ ਪਿਛਲੇ 3 ਮਹੀਨਿਆਂ ਤੋਂ ਦਿਨ ਰਾਤ ਇੱਕ ਕਰਕੇ ਔਰ ਜਿਹੜੇ ਸਵਰੂਪ ਹੈ ਬਣਾ ਰਹੇ ਨੇ, ਉਹਦੇ ਵਿੱਚ ਛੋਟੇ ਛੋਟੇ ਬੱਚੇ, ਬੇਟੀਆਂ, ਔਰ ਇਹ ਜਿਹੜੇ ਸਵਰੂਪ ਦੇ ਰੂਪ ਦੇ ਵਿੱਚ ਸਮਾਜ ਨੂੰ ਇੱਕ ਮੈਸੇਜ ਹੈ ਵੀ ਆਓ ਰਲ ਕੇ ਆਪਣੇ ਧਰਮ ਦੇ ਨਾਲ ਜੁੜੀ ਹੈ, ਕਿਉਂਕਿ ਜਿਹੜਾ ਹਿੰਦੂ ਧਰਮ ਹੈ ਸਭ ਤੋਂ ਪ੍ਰਾਚੀਨ ਧਰਮ ਹੈ। ਸਾਡੇ ਜਿਹੜੇ ਕੁਛ ਯੁਵਾ ਨੇ ਉਹ ਨਸ਼ੇ ਦੀ ਦਲਦਲ 'ਚ ਜਾ ਰਹੇ ਨੇ ਔਰ ਸ਼੍ਰੀ ਕ੍ਰਿਸ਼ਨ ਬਾਲ ਜੰਗ ਸਭਾ ਇਹ ਉਪਰਾਲਾ ਕਰਕੇ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਵੀ ਆਓ ਰਲ ਕੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਨਾਲ ਲੱਗੀਏ ਔਰ ਇਸ ਨਸ਼ੇ ਦੀ ਦਲਦਲ 'ਚੋਂ ਬਾਹਰ ਆਈਏ। ਮੈਂ ਇੱਥੇ ਸ਼੍ਰੀ ਕ੍ਰਿਸ਼ਨ ਬਾਲ ਜੰਗ ਸਭਾ ਦੇ ਹਰ ਇੱਕ ਪਦਾਧਿਕਾਰੀ ਨੂੰ, ਹਰ ਇੱਕ ਮੈਂਬਰ ਨੂੰ ਔਰ ਅੰਮ੍ਰਿਤਸਰ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਧੰਨਵਾਦ ਕਰਾਂਗਾ, ਵਧਾਈ ਦੇਵਾਂਗਾ ਵੀ ਭਗਵਾਨ ਰਾਮ ਜੀ ਦੇ ਰਾਮਨਾਮੀ ਦੇ ਉਪਲਕਸ਼ ਦੇ ਵਿੱਚ ਜਿਹੜੀ ਇਹਨਾਂ ਯਾਤਰਾ ਕੱਢੀ ਹੈ। ਆਪ ਸਭ ਜੀ ਨੂੰ ਇਸ ਯਾਤਰਾ ਦੀ ਬਹੁਤ ਬਹੁਤ ਵਧਾਈ ਹੋਵੇ।